ਆਪਾਂ ਅੱਜ ਜਿਹੜਾ ਕਿਸਾਨਾਂ ਵੱਲੋਂ ਮੋਰਚਾ ਲਾਇਆ ਹੋਇਆ ਦਿੱਲੀ ਦੇ ਵਿੱਚ, ਆਪਾਂ ਬਿਲਕੁਲ ਸਿੱਧੂ ਬਾਰਡਰ ਦੇ ਨਜ਼ਦੀਕ ਪਹੁੰਚੇ ਹਾਂ ਔਰ ਇੱਥੇ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਨੱਥੂ ਖਹਿਰੇ ਤੋਂ ਸਰਪੰਚ ਸਾਹਿਬ ਸਰਦਾਰ ਸਰਵਨ ਸਿੰਘ ਜੀ ਔਰ ਉਹਨਾਂ ਦੇ ਨਾਲ ਸਾਥੀ ਸਰਦਾਰ ਬਲਕਾਰ ਸਿੰਘ ਜੀ ਮੁਰਾਦਪੁਰ ਤੋਂ ਆਪਣੇ ਸਾਥੀਆਂ ਸਮੇਤ ਪਿਛਲੇ 2 ਤਰੀਕ ਤੋਂ ਇੱਥੇ ਮੋਰਚਾ ਲਗਾਈ ਬੈਠੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਗੁਰੂ ਕੇ ਲੰਗਰ ਇੱਥੇ ਲਗਾਏ ਗਏ ਆ ਔਰ ਜੇ ਮੈਂ ਕਹਾਂਗੇ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਸਾਹਿਬਾਂ ਦੀ ਕਿਰਪਾ ਹੁੰਦੀ ਹੈ, ਬਿਲਕੁਲ ਇਸੇ ਤਰ੍ਹਾਂ ਦਾ ਨਜ਼ਾਰਾ ਇੱਥੇ ਦੇਖਣ ਨੂੰ ਮਿਲ ਰਿਹਾ। ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦਾ ਇੱਥੇ ਹੜ ਆਇਆ ਪਿਆ ਔਰ ਖਾਸ ਕਰਕੇ ਹਰਿਆਣੇ ਦੇ ਜਿਹੜੇ ਲੋਕ ਨੇ ਉਹਨਾਂ ਦੀ ਬਹੁਤ ਵੱਡੀ ਸਪੋਰਟ ਮਿਲ ਰਹੀ ਆ ਔਰ ਅਸੀਂ ਵੀ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਵੱਲੋਂ ਸਮੁੱਚਾ ਅਧਿਆਪਕ ਵਰਗ ਜਿਹੜਾ ਉਹ ਦਿੱਲੀ ਨੂੰ ਕੂਚ ਕਰ ਗਿਆ ਔਰ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅੱਜ ਤੁਹਾਡੀ ਸਪੋਰਟ ਦੀ ਲੋੜ ਹੈ ਔਰ ਦਿੱਲੀ ਵੱਲ ਸਾਰੀ ਸੰਗਤ ਨੂੰ ਜਿਵੇਂ ਆਪਾਂ ਅਨੰਦਪੁਰ ਸਾਹਿਬ ਨੂੰ ਜਾਂਦੇ ਹਾਂ ਉਸੇ ਤਰ੍ਹਾਂ ਇੱਥੇ ਆ ਕੇ ਜਿਹਨਾਂ ਕਿਸਾਨਾਂ ਦਾ ਜਿਹੜਾ ਹੌਸਲਾ ਵਧਾਉਣ ਦੀ ਲੋੜ ਹੈ ਔਰ ਮੋਦੀ ਹਕੂਮਤ ਨੂੰ ਜਿਵੇਂ ਕਿਸਾਨਾਂ ਨੇ ਗੋਡਿਆਂ ਭਾਰ ਕਰ ਲਿਆ ਅੱਜ ਲੋੜ ਹੈ ਕਿ ਉਹਦੀ ਹਿੱਕ 'ਤੇ ਗੋਡਾ ਰੱਖ ਕੇ ਇਹ ਜਿਹੜੇ 3 ਆਰਡੀਨੈਂਸ ਨੇ ਜਿਹੜੇ ਕਿਸਾਨ ਮਾਰੂ ਨੇ ਜਿਹੜੇ ਪੰਜਾਬੀਆਂ ਨੂੰ ਖਤਮ ਕਰਨ ਦੀ ਸਾਜਿਸ਼ ਹੈ ਦੀ ਉਹਨੂੰ ਨਿਸ਼ਚੋ ਨਿਸ਼ੂਤ ਕਰਨ ਵਾਸਤੇ ਇੱਥੇ ਦਿੱਲੀ ਦੇ ਵਿੱਚ ਪਹੁੰਚਣ ਦੀ ਲੋੜ ਹੈ ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ।